Assalamu alaikum ji, main thoda apna host baba ji. Save historical places of Pakistan, save Gurdwaras and temples of Pakistan, Punjab page, ye hai mera Pakistan, khore sach santali de, aur save Gurdwaras and temples of Pakistan. Aaj main navi discovery leke phir jada ek bari Minhala jada pind hai, ode vich aaya hava. Purana town si Minhala kadi bada ede te aruj si, aur east Lahore de andar jada Minhala aanda hai. और मिनाला दे विच पहले तो सुनिया सी मैं कि एक ही गुरुद्वारा है, लेकिन हुण मैनूं पता चलिया कि इत्थे टोटल पूरे पिंड चार गुरुद्वारे सन, जिहड़ा एक तो मैं पहले दिखा चुकिया हाँ, गुरुद्वारा श्री छेवीं पातशाह जी। और एक गली मुहल्ले का गुरुद्वारा है जिहदे उत्ते गुरु साहब भी बने हुए ने और उत्ते सूर्या भी बनया होया, फिर उहदी एंट्रेंस दे उत्ते जिहड़ा है बकायदा तौर दे उत्ते जिहड़ा इकॉन का सतगुर प्रसाद बिल्कुल एंट्रेंस दे उत्ते लिखा होया, और नाल ही उहदे शुरू हुंदे ही अगे प्रकाश हाल है जिहनूं कि इहनूं धर्मशाला भी कहा जांदा सी। ਜਿਹੜੀਆਂ ਪਿੰਡਾਂ ਦੇ ਵਿੱਚ ਧਰਮਸ਼ਾਲਾ ਔਰ ਗੁਰਦੁਆਰਾ ਜਿਹੜਾ ਸੀ ਉਹ ਲਫ਼ਜ਼ ਯੂਜ਼ ਕੀਤਾ ਜਾਂਦਾ ਸੀ ਇਨਸ਼ੈਂਟ ਪ੍ਰੀ ਪਾਰਟੀਸ਼ਨ ਦੇ ਵਿੱਚ, ਯਾਨੀ ਕਿ ਧਰਮਸ਼ਾਲਾ ਔਰ ਗੁਰਦੁਆਰਾ ਜਿਹੜਾ ਸੇਮ ਪਲੇਸ 'ਤੇ ਹੁੰਦਾ ਸੀ। ਇਹਦੇ ਅੰਦਰ ਟੋਟਲ ਜਿਹੜੇ ਨੇ 9 ਕਮਰੇ ਨੇ, ਇੱਕ ਹਾਲ ਹੈ, ਕਿਚਨ ਵੀ ਹੈ, ਫਿਰ ਉਸ ਤੋਂ ਬਾਅਦ ਚੁਬਾਰਾ ਸੀ ਉੱਤੇ 2-3 ਕਮਰੇ ਸਨ, ਉਹ ਫਿਰ ਆਹਿਸਤਾ ਆਹਿਸਤਾ ਜਿਹੜੇ ਨੇ ਉਹ ਖਤਮ ਹੁੰਦੇ ਗਏ। ਮੈਂ ਤੁਹਾਨੂੰ ਦਿਖਾਉਣਾ ਵਾ ਇਹਦੇ ਪ੍ਰਾਇਮਰੀ ਸੋਰਸਿਸ ਜਿਹੜੇ ਨੇ, ਜਿਹਦੀ ਵਜ੍ਹਾ ਨਾਲ ਮੈਨੂੰ ਗੁਰਦੁਆਰਾ ਕਿਹਾ। ਮੈਂ ਐਵੇਂ ਕਿਸੇ ਚੀਜ਼ ਨੂੰ ਡਿਕਲੇਅਰ ਨਹੀਂ ਕਰਦਾ ਕਿ ਇਹ ਗੁਰਦੁਆਰਾ ਹੈ ਜਾਂ ਕੋਈ ਹੋਰ ਚੀਜ਼ ਹੈ। ਆਓ ਮੈਂ ਤੁਹਾਡੇ ਨਾਲ ਚੱਲਾਂ ਔਰ ਮੈਂ ਤੁਹਾਨੂੰ ਅੰਦਰ ਦਿਖਾਉਣਾ ਵਾਂ ਕਿਸ ਤਰੀਕੇ ਨਾਲ ਮੈਂ ਇਹਦੇ ਪ੍ਰਾਇਮਰੀ ਸੋਰਸਿਸ ਜਿਹੜੇ ਨੇ। ਤੁਸੀਂ ਇਹ ਦੇਖੋ, ਇਹ ਪਹਿਲੇ ਮੇਨ ਦਰਵਾਜ਼ਾ ਹੈ, ਦਰਵਾਜ਼ੇ ਦੇ ਉੱਤੇ ਇਹ ਵਾਲ ਫਰੈਸਕੋ ਨਜ਼ਰ ਆ ਰਿਹਾ ਹੈ। ਇਹ ਦੇਖੋ ਜਿੰਨੇ ਇੱਥੇ ਪਾਕਿਸਤਾਨ ਵਿੱਚ ਮੈਂ ਪਹਿਲੇ ਗੁਰਦੁਆਰੇ ਦਿਖਾ ਚੁੱਕਿਆ, ਉਹਨਾਂ ਦੇ ਉੱਤੇ ਵਾਲ ਫਰੈਸਕੋ ਦੇ ਅੰਦਰ ਜਿਹੜਾ ਹਮੇਸ਼ਾ ਕੋਈ ਨਾ ਕੋਈ ਗੁਰੂ ਸਾਹਿਬ ਦੀ ਤਸਵੀਰ ਹੁੰਦੀ ਹੈ, ਔਰ ਉਹ ਸਾਰੀ ਇੱਕ ਜੈਸੀ ਹੀ ਹੁੰਦੀ ਹੈ, ਉਹਨਾਂ 'ਚ ਬਹੁਤ ਕਮ ਡਿਫਰੈਂਸ ਨਜ਼ਰ ਆਉਂਦਾ ਪ੍ਰੀ ਪਾਰਟੀਸ਼ਨ ਦਾ। ਲੇਕਿਨ ਉਹ ਉੱਤੇ ਤੁਸੀਂ ਦੇਖੋ ਬੇਦੀ ਮਹਿਲ ਤਰ੍ਹਾਂ ਸੂਰੀਆ ਬਣਿਆ ਹੋਇਆ, ਇਹ ਮਿੱਟਿਆ ਹੋਇਆ ਹੁਣ, ਇਹ ਪਾਸੇ ਦੇਖੋ ਇਹਦੇ 'ਚ ਪੂਰਾ ਹਾਂ, ਜਿਹਦੀ ਵਜ੍ਹਾ ਨਾਲ ਕੀ ਵਜ੍ਹਾ ਜਦੋਂ ਮੈਂ ਇਹਨੂੰ ਗੁਰਦੁਆਰਾ ਕਹਿੰਦਾ ਵਾਂ, ਇਹ ਦੇਖੋ ਬਾਣੀ ਦੇ ਪਹਿਲੇ ਅੱਖਰ ਇੱਕ ਓਨਕਾਰ, ਔਰ ਉਸ ਤੋਂ ਬਾਅਦ ਜਿਹੜਾ ਇਹ ਟੈਕਸਟ ਜਿਹੜੇ ਨੇ ਖੁਦੇ ਹੋਏ ਨੇ ਲੱਕੜੀ ਦੇ ਅੰਦਰ। ਠੀਕ ਹੈ ਜੀ। ਔਰ ਇਹ ਦੇਖੋ ਤੁਸੀਂ ਹਾਲ ਜਿਹੜਾ ਹੈ, ਪ੍ਰਕਾਸ਼ ਹਾਲ ਜਿਹੜਾ, ਉਹਦੀਆਂ 4 ਖਿੜਕੀਆਂ ਵੀ ਨਜ਼ਰ ਆ ਰਹੀਆਂ ਨੇ, ਇਹ 4 ਰੋਸ਼ਨਦਾਨ ਵੀ ਨਜ਼ਰ ਆ ਰਹੇ ਨੇ ਕਿ ਛੋਟੀ ਗੈਦਰਿੰਗ ਵਾਸਤੇ ਜਿਹੜਾ ਗੁਰਦੁਆਰਾ ਸੀ। ਮੈਂ ਇਹਨਾਂ ਕੋਲੋਂ ਘਰ ਵਾਲਿਆਂ ਕੋਲ ਇਜਾਜ਼ਤ ਲਿੱਤੀ ਹੈ, ਹੋਰ ਮੈਂ ਇਹਨੂੰ ਦੇਖਣਾ ਚਾਹਾਂਗਾ। ਅਸਲਾਮ ਵਾਲੇਕੁਮ ਸਰ, ਕਿਆ ਹਾਲ ਹੈ ਸਰ, ਆਪ ਖੈਰੀਅਤ ਸਰ? ਕੀ ਨਾਮ ਤੁਹਾਡਾ ਸਰ? ਆਪਣਾ ਬਾਈ ਜੀ, ਤੁਸੀਂ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ? ਪੈਦਾਇਸ਼ ਇੱਧਰ ਹੋਈ ਹੈ ਜੀ, 2 ਨਸਲਾਂ ਸੇ ਇੱਧਰ ਆਏ ਹਾਂ। 2 ਨਸਲਾਂ ਸੇ, ਠੀਕ ਹੈ ਜੀ। ਮੈਂ ਅੰਦਰ ਸੇ ਦੇਖਣਾ ਚਾਹੁੰਗਾ ਸਰ। ਅੱਛਾ ਜੀ, ਇਹ ਦੇਖੋ ਤੁਸੀਂ ਕਿ ਪ੍ਰਕਾਸ਼ ਹਾਲ ਦਾ ਜਿਹੜਾ ਦਰਵਾਜ਼ਾ ਸੀ ਉਹ ਇਹ ਸੀਗਾ, ਹੁਣ ਪ੍ਰਕਾਸ਼ ਹਾਲ ਜਿਹੜਾ ਉਹ ਤਾਂ ਕਿਸੇ ਹੋਰ ਦੀ ਪ੍ਰੋਪਰਟੀ ਹੈ ਇਸ ਵੇਲੇ। ਇਸ ਵੇਲੇ 2-3 ਫੈਮਲੀਆਂ ਜਿਹੜੀਆਂ ਨੇ ਇਕੱਠੀਆਂ ਉਹ ਇੱਥੇ ਰਹਿ ਰਹੀਆਂ ਨੇ। ਇਹ ਦੇਖੋ ਤੁਸੀਂ ਅੰਦਰੋਂ ਲੌਕ ਕੀਤਾ ਹੋਇਆ ਉਹਨਾਂ ਨੇ, ਵਰਨਾ ਮੈਂ ਤੁਹਾਨੂੰ ਅੰਦਰ ਲਿਜਾ ਕੇ ਸਾਰਾ ਜਿਹੜਾ ਧਰਮਸ਼ਾਲਾ ਉਹ ਦਿਖਾਉਂਦਾ। ਇੱਕ ਦਰਵਾਜ਼ਾ ਜਾ ਰਿਹਾ, ਔਰ ਉਸ ਤੋਂ ਬਾਅਦ ਹੈ ਤੁਸੀਂ ਦੇਖੋ ਪੁਰਾਣਾ ਸਟਰਕਚਰ ਜਿਹੜਾ, ਜਿਹੜੇ ਪਾਕਿਸਤਾਨ ਸਾਈਡ ਦੇ ਉੱਤੇ ਜਿਹੜੇ ਪੁਰਾਣੇ ਗੁਰਦੁਆਰੇ ਨੇ, ਐਂਸ਼ੀਅੰਟ ਗੁਰਦੁਆਰੇ ਨੇ, ਉਹਨਾਂ ਦੀ ਇਹੀ ਸਟਰਕਚਰ ਨੇ ਕਿ ਇਹ ਸਿਹਨ ਹੁੰਦਾ, ਉਸ ਸਿਹਨ ਦੇ ਚਾਰੋਂ ਪਾਸੇ ਕਮਰੇ ਹੁੰਦੇ ਨੇ ਔਰ ਇੱਕ ਵੱਡਾ ਹਾਲ ਹੁੰਦਾ। ਇਹ ਤੁਸੀਂ ਦੇਖੋ, ਹੋ ਨਾ ਹੋ ਇਹਦਾ ਕਿਸੇ ਨਾ ਕਿਸੇ ਐਂਸ਼ੀਅੰਟ ਗੁਰਦੁਆਰੇ ਦੇ ਨਾਲ ਇਹਦਾ ਜ਼ਰੂਰ ਤਲਕ ਹੋਏਗਾ, ਇਸ ਵਾਸਤੇ ਕਿ ਇਹ ਮੁਗਲਈ ਇੱਟ ਲੱਗੀ ਹੋਈ ਹੈ, ਕਿਉਂਕਿ ਮਿਨਹਾਲਾ ਜਿਹੜਾ ਉਹ ਮੁਗਲੀਆ ਦੌਰ ਦੇ ਵਿੱਚ ਆਬਾਦ ਕੀਤਾ ਗਿਆ ਸੀ, ਔਰ ਬਾਅਦੋਂ ਫਿਰ ਸਿੱਖ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਇਹਦੇ 'ਤੇ ਅਰੂਜ ਰਿਹਾ। ਔਰ ਇਹ ਤੁਸੀਂ ਦੇਖੋ ਕਿ ਕਿਤੇ ਕਿਤੇ ਤੁਹਾਨੂੰ ਜਿਹੜੀ ਹੈ ਦੂਸਰੀ ਨਾਨਕ ਸ਼ਾਹੀ ਇੱਟ ਨਜ਼ਰ ਆਏਗੀ, ਵਰਨਾ ਤੁਹਾਨੂੰ ਇਹ ਸਾਰਾ ਦਾ ਸਾਰਾ ਜਿਹੜਾ ਸਟਰਕਚਰ ਨਜ਼ਰ ਆ ਰਿਹਾ ਇਹ ਖਲੋਤਾ ਹੋਇਆ ਮੁਗਲ ਜਿਹੜੀ ਇੱਟ ਹੈ, ਜਿਹੜੀ ਛੋਟੀ ਇੱਟ ਹੈ ਉਹਦੇ ਵਿੱਚ। ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਸੀ ਉਹ ਰਸੋਈ ਘਰ ਹੈ, ਅੱਜ ਵੀ ਕੁਛ ਪੁਰਾਣੀਆਂ ਚੀਜ਼ਾਂ, ਲੋਕ ਰੀਤ, ਬੈਠ ਉੱਠ। ਇਹ ਦੇਖੋ ਮੈਂ ਜਿਹੜੀ ਇੱਟ ਦੀ ਗੱਲ ਕਰ ਰਿਹਾ ਵਾਂ, ਇਹ ਜਿਹੜੀ ਹੈ ਮੁਗਲਈ ਇੱਟ ਲੱਗੀ ਹੈ, ਨਾਨਕ ਸ਼ਾਹੀ ਜਿਹੜੀ ਇੱਟ ਹੈ ਇਸ ਤੋਂ ਵੱਡੀ ਹੁੰਦੀ ਹੈ। ਔਰ ਇਹ ਤੁਸੀਂ ਦੇਖੋ, ਇਹ ਸੀੜੀਆਂ ਜਿਹੜੀਆਂ ਨੇ ਉੱਤੇ ਚੁਬਾਰੇ 'ਤੇ ਜਾਂਦੇ ਸਨ, ਉਹ ਉੱਤੇ ਚੁਬਾਰੇ 'ਤੇ 2 ਕਮਰੇ ਸਨ।
ਔਰ ਇਸ ਪਾਸੇ ਜਿਹੜਾ ਸੀ ਪੂਰਾ ਯਾਤਰੀ ਨਿਵਾਸ ਹੈ, ਪੂਰੀ ਹਵੇਲੀ ਜੀ ਬਣੀ ਹੋਈ ਸੀ, ਜਿਹੜੇ ਅਕੋਮੋਡੇਸ਼ਨਲ ਜਿਹੜੇ ਕਮਰੇ ਨੇ ਉਹ ਮੌਜੂਦ ਸਨ ਇੱਥੇ। ਹੁਣ ਜਿਹੜਾ ਤਕਰੀਬਨ ਐਨੀਮਲ ਯਾਰਡ ਹੈ ਹਵੇਲੀ ਜਿਹੜੀ ਹੈ, ਲੇਕਿਨ ਇਹ ਤੁਸੀਂ ਦੇਖੋ ਅੱਜ ਵੀ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਹਲਕੀਆਂ ਫੁਲਕੀਆਂ ਨਜ਼ਰ ਆਉਂਦੀਆਂ ਨੇ। ਇਹ ਦੇਖੋ ਇਹ ਜਿਹੜੀਆਂ ਸੀੜੀਆਂ ਨੇ ਇਹ ਉੱਤੇ ਜਾਂਦੀਆਂ ਨੇ ਔਰ ਇੱਥੋਂ ਪੂਰਾ ਜਿਹੜਾ ਸਟਰਕਚਰ ਹੈ ਤੁਹਾਨੂੰ ਨਜ਼ਰ ਆਉਂਦਾ ਨਾ। ਮੈਂ ਕੋਸ਼ਿਸ਼ ਕਰਦਾ ਵਾਂ ਕਿ ਉੱਤੇ ਜਾ ਕੇ ਮੈਂ ਥੋੜ੍ਹਾ ਜਿਹਾ ਤੁਹਾਨੂੰ, ਬਰਸਾਤ ਵੀ ਹੋਈ ਹੋਈ ਹੈ ਔਰ ਡਰ ਵੀ ਲੱਗਦਾ ਐਸੀਆਂ ਜਗ੍ਹਾ ਦੇ ਉੱਤੇ, ਲੇਕਿਨ ਫਿਰ ਵੀ ਕਾਫੀ ਹੱਦ ਤੱਕ ਹਲੇ ਤੱਕ ਜਿਹੜਾ ਹੈ ਇਹ ਤੁਸੀਂ ਦੇਖੋ ਜਿਹੜਾ ਉੱਤੇ ਚਬਾਰਾ ਸੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਔਰ ਇਹ ਹੈ ਮੇਰਾ ਪਾਕਿਸਤਾਨ। ਇਹ ਹੁਣ ਅਕੋਮੋਡੇਸ਼ਨਲ ਨੇ ਕਾਰ ਨੇ ਬਣੇ ਹੋਏ, ਲੇਕਿਨ ਗੁਜ਼ਰੇ ਸਮੇਂ ਦੀਆਂ ਕੁਛ ਅਨਫੋਲਡਿਡ ਪੰਨੇ ਜਿਹੜੇ ਨੇ ਮੈਂ ਉਹ ਖੋਲ ਰਿਹਾ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਤੁਹਾਨੂੰ ਉਹ ਦਿਖਾਉਂਦਾ ਚੱਲਾਂ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ ਤਮਾਮ ਪੇਜਿਸ ਦੇ ਨਾਲ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖ ਰਹੇ ਹੋ ਤੁਸੀਂ ਗੁਰਦੁਆਰਾ ਔਰ ਧਰਮਸ਼ਾਲ ਜਿਹੜੀ ਹੈ ਉਹ ਪਿੰਡ ਦੀ ਇਹ ਸੇਮ ਉਹੀ ਰੋਸ਼ਨਦਾਨ ਦਾ ਟਾਈਪ ਬਣਿਆ ਹੋਇਆ ਜਿਹੜਾ ਕਿ ਅਗਰ ਜਹਾਂਗੀਰ ਦੇ ਮਕਬਰੇ 'ਚ ਤੁਸੀਂ ਦੇਖੋ ਬਾਹਰ ਕਹਿ ਇਹ ਨਵੀਂ ਬਿਲਡਿੰਗ ਹੈ ਔਰ ਇਹ ਗੁਰਦੁਆਰਾ ਦੇ ਸਾਹਿਬ ਦੀ ਜਿਹੜੀ ਸੀ ਓਰਿਜਨਲ ਔਰ ਪੁਰਾਣੀ ਬਿਲਡਿੰਗ ਹੈ, ਬਹੁਤ ਪੁਰਾਣੀ ਹੈ ਜਿਹੜੀ।